ਇਹ ਦੇਖੋ ਫੈਕਟਰੀ ਦੇ ਹਾਲਾਤ ਬਹੁਤ ਮਾੜੇ ਨੇ, ਬੜਾ ਖਸਤਾ ਹਾਲ ਦੇ ਵਿੱਚ ਹੈ। ਅਤੇ ਆਹ ਤੁਸੀਂ ਦੇਖ ਕੇ ਰਹੋ, ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ। ਅਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹਨਾਂ ਨੇ ਕਿੰਨਾ ਦੇਸੀ ਘੀ ਬਣਾ ਕੇ ਬਾਹਰ ਵੇਚਿਆ ਹੋਏਗਾ। ਇਹਦੇ ਵਿੱਚ ਕੁਛ ਨਹੀਂ ਹੈ, ਪੂਰੀ ਡਸਟ ਹੈ, ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ, ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜੀਨ ਮੇਨਟੇਨ ਨਹੀਂ ਹੈ ਇੱਥੇ। ਹਾਂਜੀ, ਆਹ ਦੇਖੋ ਇਹ ਸਾਰੇ ਖਾਲੀ ਟੀਨ ਘੀ ਦੇ ਪਏ ਨੇ, ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ। ਆਹ ਸੋਇਆਬੀਨ ਆਇਲ ਦਾ, ਬਨਸਪਤੀ ਦਾ, ਇਹ ਸਾਰੇ ਘੀ ਇਹਦੇ ਯੂਜ਼ ਕੀਤੇ ਹੋਏ ਆ। ਤਸਵੀਰਾਂ ਸੰਗਰੂਰ ਦੇ ਭਵਾਨੀਗੜ ਦੇ ਨਾਭਾ ਰੋਡ ਦੀਆਂ ਹਨ, ਜਿੱਥੇ ਕਿ ਸਰਫ ਦੀ ਫੈਕਟਰੀ ਦੇ ਵਿੱਚ ਨਕਲੀ ਘਿਓ ਬਣਾਇਆ ਜਾ ਰਿਹਾ ਸੀ। ਸਿਹਤ ਵਿਭਾਗ ਦੀ ਟੀਮ ਨੇ ਇੱਥੇ ਛਾਪੇਮਾਰੀ ਕੀਤੀ ਹੈ ਅਤੇ ਕਰੀਬ 700 ਲੀਟਰ ਘਿਓ ਨੂੰ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਨਕਲੀ ਘਿਓ ਤਿਆਰ ਕੀਤਾ ਜਾ ਰਿਹਾ ਸੀ ਅਤੇ ਘਿਓ ਦੀ ਖੁਸ਼ਬੂ ਲਈ ਇਸ ਦੇ ਵਿੱਚ ਕੈਮੀਕਲ ਪਰਫਿਊਮ ਮਿਲਾਇਆ ਜਾਂਦਾ ਸੀ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਦੌਰਾਨ 170 ਦੇ ਕਰੀਬ ਦੇਸੀ ਘਿਓ ਦੇ ਟੀਨ ਵੀ ਬਰਾਮਦ ਕੀਤੇ ਹਨ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕੀ ਕੁਝ ਦੱਸਿਆ ਹੈ, ਆਓ ਸੁਣਦੇ ਹਾਂ। ਮਾਲਕ ਕਹਿੰਦਾ ਮੈਂ ਆ ਰਿਹਾ ਜੀ, ਬਾਹਰ ਗਿਆ ਹੋਇਆ ਜੀ। ਨਹੀਂ, ਤੁਸੀਂ ਫਿਰ ਕੀ ਫਲੇਵਰ ਮਿਲਾ ਮਿਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਿਫਾਈਂਡ ਦੇ ਵਿੱਚ, ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾਗਾ। ਬੋਈ ਹੁਣ ਮੰਨ ਕੇ ਚਲੋ ਅਸੀਂ ਜੋਤਾਂ ਵਾਸਤੇ ਘਿਓ, ਨਹੀਂ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ, ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਹੋ ਤੁਸੀਂ ਇੱਥੇ। ਹਾਂਜੀ, ਖਾਂਦੇ ਹੋ ਤੁਸੀਂ ਇਹ? ਆਪ ਖਾਂਦੇ ਹੋ ਨਾ? ਆਪ ਰਿਫਾਈਂਡ ਵਰਤਦੇ ਹਾਂ ਇਸ ਦਾ। ਇਹ ਨਹੀਂ ਖਾਂਦੇ ਤੁਸੀਂ? ਹਾਂਜੀ। ਲੋਕਾਂ ਨੂੰ ਖਿਲਾ ਰਹੇ ਹੋ? ਨਾ ਨਹੀਂ, ਜੇ ਤਾਂ ਜਿਵੇਂ ਸਾਨੂੰ ਕਹਿੰਦੇ ਜੋਤਾਂ। ਚਲੋ ਕੋਈ ਨਹੀਂ, ਜਦੋਂ ਤੁਹਾਡੇ ਮਾਲਕ ਆਏ ਨਾ, ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ। ਹਾਂਜੀ ਹਾਂਜੀ, ਮੈਂ ਤੁਹਾਡੀ ਗੱਲ ਕਰਾਊਂਗਾ ਜੀ। ਤੁਹਾਡਾ ਨੇਮ ਐਂਡ ਡੈਜ਼ੀਗਨੇਸ਼ਨ? ਮੈਂ ਡਾਕਟਰ ਬਲਜੀਤ ਸਿੰਘ, DHO ਸੰਗਰੂਰ। ਸਰ, ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਹੈ ਤੇ ਕੀ ਕੁਝ ਬਰਾਮਦ ਹੋਇਆ? ਆ, ਸਾਡੇ ਗੁਪਤ ਸੂਚਨਾ ਮਿਲੀ ਸੀ, ਭਵਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ, ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆੜ ਦੇ ਵਿੱਚ ਨਕਲੀ ਦੇਸੀ ਘੀ ਦਾ ਧੰਦਾ ਚੱਲ ਰਿਹਾ। ਤੇ ਸਰ ਕੀ ਕੁਝ ਬਰਾਮਦ ਹੋਇਆ, ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ? ਆ, ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਘੀ ਬਰਾਮਦ ਹੋਇਆ, ਜਿਹੜਾ ਕਿ ਅਲੱਗ ਅਲੱਗ ਬ੍ਰਾਂਡ ਦੇ, ਬ੍ਰਾਂਡ ਨੇਮ ਦੇ ਅੰਦਰ ਸੀ। ਸੈਂਪਲ ਭਰ ਲਏ ਗਏ ਸਰ? ਹਾਂ, 6 ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ। ਸਰ, ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਇਹ ਫਲੇਵਰ ਵਗੈਰਾ ਬਣਾਉਂਦੇ ਨੇ, ਕਿਤਨਾ ਕਿਤੇ ਸਿਹਤ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ? ਹਾਂ ਬਿਲਕੁਲ, ਇਹ ਸਿਹਤ ਲਈ ਕੋਈ ਅੱਛੀ ਗੱਲ ਤਾਂ ਹੈ ਨਹੀਂ, ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ। ਸਰ, ਫੈਕਟਰੀ ਦਾ ਓਨਰ? ਫੈਕਟਰੀ ਦੇ ਓਨਰ ਦਾ ਨਾਂ ਹੈ ਜਿੰਮੀ ਗਰਗ, ਉਹ ਮਾਨਸਾ ਤੋਂ ਹੈ। ਬਾਰ ਬਾਰ ਉਹਨੂੰ ਫੋਨ ਕਰਨ 'ਤੇ ਵੀ ਉਹ ਨਹੀਂ ਇੱਥੇ ਆਈ। ਸਰ, ਮੈਂ ਚਰਨਜੀਤ ਸਿੰਘ, ਫੂਡ ਸੇਫਟੀ ਅਫਸਰ ਸੰਗਰੂਰ। ਸਰ, ਅੱਜ ਅਸੀਂ ਇੱਥੇ ਭਵਾਨੀਗੜ੍ਹ ਵਿਖੇ, ਸਾਨੂੰ ਗੁਪਤ ਸੂਚਨਾ 'ਤੇ ਅਸੀਂ ਇਹ ਰੇਡ ਕੀਤੀ ਹੈ ਨਾਭਾ ਰੋਡ 'ਤੇ। ਇਹ ਸਰਫ ਦੀ ਫੈਕਟਰੀ ਵਿੱਚ ਇਹ ਘਿਓ ਬਣਾਉਣ ਦਾ ਕੰਮ ਚੱਲ ਰਿਹਾ ਸੀ, ਕਾਫੀ ਦਿਨਾਂ ਤੋਂ ਅਸੀਂ ਇਹਦੀ ਰੇਕੀ ਕਰ ਰਹੇ ਸੀ ਅਤੇ ਅੱਜ ਅਸੀਂ ਜਦੋਂ ਆਏ ਤਾਂ ਇਹ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ, ਪੈਕਿੰਗ ਵੀ ਹੋ ਰਹੀ ਸੀ ਅਤੇ ਦੇਸੀ ਘੀ ਅਤੇ ਜਿਵੇਂ ਰਿਫਾਇੰਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ ਉਹਦੇ। ਅਸੀਂ ਅੱਜ 6 ਸੈਂਪਲ ਲੈ ਚੁੱਕੇ ਹਾਂ, ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ। ਅਸੀਂ ਇਸ ਯੂਨਿਟ ਨੂੰ ਸੀਲ ਕਰਕੇ ਜਾਵਾਂਗੇ, ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ। ਕੀ ਯੂਨਿਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਆਪ ਪੂਰੀ? ਨਹੀਂ ਸਰ, ਉਹ ਸਰਫ ਦਾ ਅਲੱਗ ਕਾਰੋਬਾਰ ਹੈ, ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ, ਅਤੇ ਅਸੀਂ ਇਸ ਕਮਰੇ ਨੂੰ ਹੀ, ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ, ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ। ਨਹੀਂ ਬਿਲਕੁਲ ਗਲਤ ਹੈ ਸਰ, ਸਰਫ ਦੀ ਫੈਕਟਰੀ 'ਚ ਹੀ ਗਲਤ ਹੈ ਇਸ ਤਰ੍ਹਾਂ ਦਾ ਘਿਓ ਬਣਾਉਣਾ। ਇਹ 2 ਨੰਬਰ ਦੇ ਵਿੱਚ ਹੀ ਨਾ ਕੋਈ ਫੂਡ ਲਾਇਸੈਂਸ ਸੀ ਇਹਨਾਂ ਕੋਲ ਅਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ। ਬਟ ਅਸੀਂ ਜਿੰਮੀ ਗਰਗ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ, ਬਟ ਉਹ ਨਹੀਂ ਆਏ ਅਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪ੍ਰੋਸੈਸ।
ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।